ਜਦ ਵੀ ਹਵਾ ਦਾ ਬੁੱਲਾ ਮੇਰੇ ਵਤਨਾਂ ਤੋਂ ਆਉਂਦਾ ਏ, ਜਦ ਵੀ ਹਵਾ ਦਾ ਬੁੱਲਾ ਮੇਰੇ ਵਤਨਾਂ ਤੋਂ ਆਉਂਦਾ ਏ, ਸਾਰੀ ਦੁਨੀਆਂ ਤੋਂ ਸੋਹਣਾ ਮੈਨੂੰ ਮੇਰਾ ਪਿੰਡ ਯਾਦ ਆਉਂਦਾ ਏ, ਸਾਰੀ ਦੁਨੀਆਂ ਤੋਂ ਸੋਹਣਾ ਮੈਨੂੰ ਮੇਰਾ ਪਿੰਡ ਯਾਦ ਆਉਂਦਾ ਏ। ਲੋਕੀ ਆਖਦੇ ਬਲੈਤ ਬੜੀ ਚੰਗੀ ਏ, ਲੋਕੀ ਆਖਦੇ ਬਲੈਤ ਬੜੀ ਚੰਗੀ ਏ, ਪਰ ਉਹਨਾਂ ਨੂੰ ਕੀ ਪਤਾ ਇੱਥੇ ਕਿੰਨੀ ਕੁ ਤੰਗੀ ਏ। ਬੰਦਾ ਮਾਰਦਾ ਏ ਛਾਲਾਂ, ਬਸ ਪੈਸਾ ਹੀ ਨਚਾਉਂਦਾ ਏ, ਜਦ ਵੀ ਹਵਾ ਦਾ ਬੁੱਲਾ ਮੇਰੇ ਪਤਨਾ ਤੋਂ ਆਉਂਦਾ ਏ, ਸਾਰੀ ਦੁਨੀਆਂ ਤੋਂ ਸੋਹਣਾ ਮੈਨੂੰ ਮੇਰਾ ਪਿੰਡ ਯਾਦ ਆਉਂਦਾ ਏ, ਮੈਨੂੰ ਮੇਰਾ ਪਿੰਡ ਯਾਦ ਆਉਂਦਾ ਏ। ਅਕਾਲ ਚੰਦ ਤੇ ਸਾਡੇ ਵੱਲੋਂ ਆਪ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅੱਜ ਸਾਡੇ ਸ਼ੋਅ ਯਾਦਾਂ ਦੇਸ਼ ਪੰਜਾਬ ਦੀਆਂ ਦੇ ਵਿੱਚ ਮੈਂ ਤੁਹਾਡਾ ਆਪਣਾ ਅੰਮ੍ਰਿਤਪਾਲ ਸਿੰਘ ਟੰਡਾ ਗੱਲਾਂ ਬਾਤਾਂ ਕਰਾਂਗੇ ਰੰਗਲੇ ਪੰਜਾਬ ਦੀਆਂ, ਆਪਣੇ ਸੱਭਿਆਚਾਰ ਦੀਆਂ ਕੁਝ ਹੱਡ ਬੀਤੀਆਂ ਤੇ ਕੁਝ ਜਗ ਬੀਤੀਆਂ। ਸੋ ਅੱਜ ਸਾਡੇ ਸ਼ੋਅ ਨੂੰ ਚਾਰ ਚੰਨ ਲਾਉਣ ਲਈ ਆਏ ਨੇ ਸਾਡੇ ਮੁੱਖ ਮਹਿਮਾਨ, ਜਿਨ੍ਹਾਂ ਦਾ ਆਪਣੇ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ, ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਪੰਜਾਬ ਤੋਂ ਆਏ ਨੇ ਬਹੁਤ ਹੀ ਹਰਮਨ ਪਿਆਰੇ ਸਿੰਗਰ ਦਲੇਰ ਪੰਜਾਬੀ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਪ੍ਰੋਗਰਾਮ ਯਾਦਾਂ ਦੇਸ਼ ਪੰਜਾਬ ਦੀਆਂ ਵਿੱਚ ਜੀ ਆਖਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ। ਹੋਰ ਸੁਣਾਓ, ਸਭ ਸਿਹਤਾਂ ਬਾਲਿਆ? ਸਭ ਤੋਂ ਪਹਿਲਾਂ ਅੱਜ ਦਾ ਇਹ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ, ਸਭ ਤੋਂ ਪਹਿਲਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਟੰਡੇ ਸਾਹਿਬ। ਅਤੇ ਭਾਅ ਜੀ, ਆਪਾਂ ਹੁਣ ਇੰਗਲੈਂਡ, ਆਪਾਂ ਇੱਕ ਹਫ਼ਤਾ ਹੋਇਆ, ਦੋ ਹਫ਼ਤੇ ਹੋ ਗਿਆ? ਇੱਕ ਹਫ਼ਤਾ ਜੀ। ਇੱਕ ਹਫ਼ਤਾ ਹੋਇਆ? ਹਾਂਜੀ। ਪਹਿਲੀ ਵਾਰੀ ਆਏ ਜਾਂ ਪਹਿਲਾਂ ਗੇੜਾ ਮਾਰ ਰਹੇ? ਕਾਫੀ ਵਾਰ ਆਉਣ ਦਾ ਮੌਕਾ ਮਿਲਿਆ ਜੀ। ਇਕੱਲੇ ਆਏ ਜਾਂ ਫਿਰ ਕਿਸੇ ਪ੍ਰੋਗਰਾਮ ਤੇ ਰਹੇ? ਨਹੀਂ, ਪ੍ਰੋਗਰਾਮ ਕਰਨ ਵਾਸਤੇ ਆਏ। ਮਾਨਕ ਸਾਹਿਬ ਨਾਲ ਆਏ, ਜਸਵੰਤ ਬਿੱਲਾ ਜੀ ਨਾਲ ਆਏ, ਮੈਂ ਆਪਣੀ ਪਾਰਟੀ ਨਾਲ ਲੈ ਕੇ ਵੀ ਮੈਂ ਦੋ ਤਿੰਨ ਵਾਰ ਆਇਆ। ਠੀਕ ਹੈ, ਠੀਕ ਹੈ। ਹਾਂਜੀ ਹਾਂਜੀ। ਤੇ ਹੁਣ ਹੁਣ ਆਪਾਂ ਕਿਤਾ ਪ੍ਰੋਗਰਾਮ ਕਰਨਾ ਹੋਇਆ ਇੱਥੇ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਠੀਕ ਹੈ। ਕਿੰਨਾ ਚਿਰ ਰਹੋਗੇ ਇੱਥੇ? ਜਿੰਨਾ ਚਿਰ ਤੁਸੀਂ ਕਬੂਲ ਕਰੋਗੇ। ਠੀਕ ਹੈ, ਠੀਕ ਹੈ। ਕਹਿਣ ਤੋਂ ਬਾਅਦ ਰਹੋਗੇ ਇਹ 2 ਮਹੀਨੇ? ਹਾਂਜੀ ਹਾਂਜੀ। ਠੀਕ ਹੈ। ਤੇ ਹੁਣ ਤਾਂ ਪੰਜਾਬ 'ਚ ਉਦਾਂ ਵੀ ਗਰਮੀ ਹੋ ਗਈ ਸੀਗੀ, ਇੱਥੇ ਹੁਣ ਠੰਡ ਆ ਹਜੇ? ਹਾਂਜੀ। ਇਹ ਗੱਲ ਤੋਂ ਸਾਡਾ ਬਚਾਅ ਹੋ ਗਿਆ? ਬਿਲਕੁਲ ਜੀ, ਬਿਲਕੁਲ। ਕਿ ਨਹੀਂ? ਬਿਲਕੁਲ ਜੀ। ਹਾਂਜੀ। ਤੇ ਦਲੇਰ ਪੰਜਾਬੀ ਜੀ, ਤੁਸੀਂ ਗਾਉਣ ਬਹੁਤ ਵਧੀਆ ਗਾਉਂਦੇ ਹੋ, ਤੇ ਤੁਹਾਡਾ ਨਾਂ ਦਲੇਰ ਪੰਜਾਬੀ, ਤੁਸੀਂ ਫਿਰ ਕਿੱਦਾਂ ਰੱਖਿਆ ਪੰਜਾਬੀ? ਇਸ ਤਰ੍ਹਾਂ ਵੀ ਸਾਡਾ ਜਨਮ ਹਰਿਆਣੇ ਦਾ ਪਿੰਡ ਸਰਸਾ ਜ਼ਿਲ੍ਹੇ ਦੇ ਵਿੱਚ ਹੋਇਆ, ਦਮਦਮੇ ਪਿੰਡ। ਹਰਿਆਣੇ 'ਚ ਤੁਹਾਡਾ ਜਨਮ ਹੋਇਆ? ਹਾਂਜੀ। ਠੀਕ ਆ। ਮੈਂ ਫਿਰ ਆ ਕੇ ਪੰਜਾਬ 'ਚ ਲੁਧਿਆਣੇ ਰਹਿਣ ਲੱਗ ਗਿਆ। ਮੇਰੀ ਸ਼ੁਰੂ ਤੋਂ ਆਦਤ ਆ, ਜਦੋਂ ਮੈਂ ਕੋਈ ਗੀਤ ਸੁਣਦਾ ਮੈਂ ਉਹਨਾਂ ਦੇ ਲਫ਼ਜ਼ਾਂ ਨੂੰ ਬਹੁਤ ਧਿਆਨ ਦਿੰਦਾ। ਠੀਕ ਆ। ਬਹੁਤ ਸਾਰੇ ਕਲਾਕਾਰ ਦੇ ਜੇ ਮੈਂ ਗੀਤ ਸੁਣਦਾ, ਉਹਨਾਂ ਵਿੱਚ ਬਹੁਤ ਸਾਰੇ ਲਫ਼ਜ਼ ਕਲੀਅਰ ਨਹੀਂ ਹੁੰਦੇ, ਉਹ ਮੈਂ ਇਕੱਲੇ ਇਕੱਲੇ ਲਫ਼ਜ਼ ਨੂੰ ਕੋਸ਼ਿਸ਼ ਕਰਦਾ ਉਹਨਾਂ ਵੀ ਕਲੀਅਰ ਪੰਜਾਬੀ ਵਿੱਚ ਕਿਹਾ ਜਾਵੇ ਪੂਰੇ ਲਫ਼ਜ਼ਾਂ ਨੂੰ। ਹਾਂਜੀ ਹਾਂਜੀ। ਜਿਵੇਂ ਦੁਨੀਆਂ ਨੂੰ ਦੁਨੀਆਂ ਦੱਸਦੇ ਆ, ਕਈ ਵਿੱਚ ਬੋਲਣ ਦੇ ਵਿੱਚ ਫਰਕ ਪਾਉਂਦੇ ਆ, ਉਹ ਫਿਰ ਹੌਲੀ ਹੌਲੀ ਕਰਦੇ ਕਰਦੇ ਸਾਰੇ ਕਹਿਣ ਲੱਗੇ ਬੱਲੇ ਪੰਜਾਬੀ ਆ, ਬੱਲੇ ਪੰਜਾਬੀ ਆ, ਪੰਜਾਬੀ ਹੋ ਗਈ ਬਸ। ਪੰਜਾਬੀ ਦੀ ਪਿਛਲਾ ਰਿਹਾ ਨਾ? ਹਾਂਜੀ। ਪੰਜਾਬੀ ਨਾਲ ਤੁਹਾਡੀ ਮਸ਼ਹੂਰੀ ਹੋ ਗਈ ਹੈ ਨਾ? ਹਾਂਜੀ। ਠੀਕ ਹੈ। ਤੇ ਭਾਈ, ਆਪਣੇ ਹੁਣ ਤੱਕ ਮਾਰਕੀਟ ਵਿੱਚ ਕਿੰਨੇ ਕੁ ਗਾਣੇ, ਮਤਲਬ ਸੀਡੀਆਂ ਆ ਚੁੱਕੀਆਂ? ਮੇਰੀਆਂ ਸੀਡੀਆਂ 2-3 ਆਈਆਂ, ਬਾਕੀ ਟਰੈਕ ਤਾਂ ਇਕੱਲੇ ਇਕੱਲੇ ਕਾਫੀ ਆਏ ਆ, ਧਾਰਮਿਕ ਵੀ ਮੈਂ ਬਹੁਤ ਸਾਰੇ ਗੀਤ ਗਾਏ ਆ, ਰੀਮਿਕਸ ਮੇਰੇ ਬਹੁਤ ਸਾਰੀਆਂ ਗੀਤ ਮੇਰੇ ਹੋਏ, ਮਾਨਕ ਸਾਹਿਬ ਦੀ ਆਵਾਜ਼ ਵਾਲੇ ਵੀ। ਹਾਂਜੀ ਹਾਂਜੀ। ਅਤੇ ਮੈਂ ਤਕਰੀਬਨ ਗੀਤ ਜਿੰਨੇ ਵੀ ਗਾਉਂਦਾ, ਜਿਵੇਂ ਕੋਈ ਭਰੂਣ ਹੱਤਿਆ 'ਤੇ ਹੋ ਗਿਆ, ਜਿਹਦੀ ਇੰਡੀਆ 'ਚ ਕੋਈ ਦੇਖਦੇ ਹਾਂ ਵੀ ਮਾੜੀ ਗੱਲ ਹੋ ਰਹੀ ਆ, ਉਹਨੂੰ ਉਜਾਗਰ ਕਰੀਦਾ ਵੀ ਇਹਨੂੰ ਨਾ ਕਰੋ। ਹਾਂਜੀ ਹਾਂਜੀ। ਭਰੂਣ ਹੱਤਿਆ 'ਤੇ ਮੈਂ ਗੀਤ ਗਾਏ, ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ, ਹਰ ਰੋਜ਼ ਅਖਬਾਰ ਪੜ੍ਹਦੇ ਹਾਂ, 2-4 ਰੋਜ਼ ਅਖਬਾਰਾਂ ਵਿੱਚ ਆਉਂਦੇ ਆ, ਬੜਾ ਦੁੱਖ ਲੱਗਦਾ। ਮੇਰਾ ਕੱਲ੍ਹ ਨੂੰ ਵੀ ਦੂਰਦਰਸ਼ਨ 'ਤੇ ਗੀਤ ਲੱਗਣਾ ਭਰੂਣ ਹੱਤਿਆ 'ਤੇ, ਆਪਣਾ ਖੁਦਕਸ਼ੀਆਂ 'ਤੇ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਜਿਵੇਂ ਨਸ਼ੇ ਚੱਲ ਪਏ ਪੰਜਾਬ ਦੇ ਵਿੱਚ, ਉਹਨਾਂ 'ਤੇ ਮੈਂ ਗੀਤ ਗਾਇਆ, ਰੋਗ ਨਸ਼ਾ ਗਮ ਬੈਲ ਬੁਲਾਉਂਦੇ, ਮੌਤ ਮਾਰ ਕੇ ਹਾਕਾਂ, ਘੋੜਾ ਮਰਦ ਬੁੜੇ ਨਹੀਂ ਹੁੰਦੇ ਜੇ ਮਿਲਦੀਆਂ ਰਹਿਣ ਖੁਰਾਕਾਂ। ਭਾਈ, ਤੁਹਾਡੇ ਗਾਣੇ ਤਕਰੀਬਨ ਸਾਰੇ ਸੁਣੇ ਹੈਗੇ ਆ। ਹਾਂਜੀ। ਅਤੇ ਭਰੂਣ ਹੱਤਿਆ ਵੀ ਸੁਣਿਆ ਤੁਹਾਡਾ? ਹਾਂਜੀ। ਕਿਸਾਨ ਵਾਲਾ ਵੀ ਤੁਹਾਡੀ ਵੀਡੀਓ ਦੇਖੀ ਸੀਗੀ, ਬਹੁਤ ਹੀ ਵਧੀਆ ਸੀ। ਭਾਈ, ਆਪਣੇ ਗਾਉਣ ਦਾ ਸ਼ੌਂਕ ਬਚਪਨ ਤੋਂ ਸੀ ਜਾਂ ਫਿਰ ਬਾਅਦ 'ਚ ਗਾਉਣ ਲੱਗੇ? ਸ਼ੌਕ ਤਾਂ ਬਚਪਨ 'ਤੇ ਪਿਆ ਜੀ, ਮਾਨਕ ਸਾਹਿਬ ਨੂੰ ਸੁਣਦੇ ਹੁੰਦੇ ਸੀ ਧਾਰਮਿਕ ਗੀਤ, ਜਦੋਂ ਉਹਨਾਂ ਦੇ ਪਹਿਲਾਂ ਪਹਿਲਾਂ ਆਏ, ਤਿੱਖਾ ਚੱਲਦਾ ਸੀ ਸੁਤਿਆਰਾ ਮੁੱਖੋਂ ਸਤਨਾਮ ਬੋਲਦਾ, ਉੱਥੋਂ ਸ਼ੁਰੂ ਹੋ ਕੇ ਸਾਡਾ ਪਰਿਵਾਰ ਸਾਰਾ ਅੰਮ੍ਰਿਤਧਾਰੀ ਮੇਰੇ ਤੋਂ ਬਿਨਾਂ। ਅੱਛਾ ਜੀ। ਅਤੇ ਅੰਦਰੋਂ ਤਾਂ ਆਪਾਂ ਵੀ ਅੰਮ੍ਰਿਤਧਾਰੀ ਹਾਂ, ਕਿਉਂਕਿ ਸਾਡਾ ਸਾਰਾ ਪਰਿਵਾਰ, ਮੈਨੂੰ ਕਾਫੀ ਸਿੱਖ ਕੌਮ ਨਾਲ ਬਹੁਤ ਜ਼ਿਆਦਾ ਲਗਾਵ ਰਿਹਾ, ਲੇਕਿਨ ਜਦੋਂ ਇਹਨਾਂ ਇੱਧਰ ਆਪਾਂ ਮਾਨਕ ਸਾਹਿਬ ਨਾਲ ਆ ਗਏ ਜਾਂ ਹੋਰ ਕਲਾਕਾਰਾਂ ਜੁੜ ਗਏ, ਉੱਥੋਂ ਦਾ ਫਿਰ ਮੇਲ ਜੋਲ ਉਹੋ ਜਿਹਾ ਹੋ ਗਿਆ, ਇਸ ਕਰਕੇ ਮੈਂ ਧਾਰਮਿਕ ਗੀਤਾਂ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ। ਭਾਈ, ਜਿਹੜਾ ਆਪਣਾ ਗਾਣਾ ਸੀਗਾ ਆਉਣਾ ਮਾਣਕ ਦੀ ਜੱਗ 'ਤੇ ਦੁਬਾਰਾ, ਹਾਂਜੀ, ਉਹਦੇ ਆਪਾਂ ਨੂੰ ਦੋ ਬੋਲ ਸੁਣਾਓ। ਆਉਣਾ ਮਾਣਕ ਨੀ ਜੱਗ 'ਤੇ ਦੁਬਾਰਾ, ਹੋਏ ਗੀਤ ਉਹਦੇ ਜਿੰਦਾ ਰਹਿਣਗੇ, ਜਗੋ ਵਿੱਚ ਅਸਮਾਨੀ ਤਰੂ ਤਾਰਾ। ਹੋ ਗੀਤ ਦਾ ਬੂਟਾ ਸਾਡੇ
ਬੜਾ ਗਾਣਾ ਭਾਜੀ ਬਹੁਤ ਵਧੀਆ ਸੀਗਾ ਤੇ ਭਾਜੀ ਕੁਲਦੀਪ ਮਾਨਕ ਹੁਣਾਂ ਦੇ ਨਾਲ ਆਪਾਂ ਕਦੋਂ ਕੁ ਜੁੜੇ ਸੀਗੇ ਮੇਰੇ ਉਸਤਾਦ ਜਸਵੰਤ ਬਿੱਲਾ ਜੀ ਸੀ ਉਹ ਸਾਡਾ ਆਫਿਸ ਇਕੱਠੇ ਇਕੱਠੇ ਸੀ ਨਾਲ ਨਾਲ ਲੁਧਿਆਣੇ ਦੇ ਵਿੱਚ ਠੀਕ ਆ ਤੇ ਪਹਿਲਾਂ ਮੈਂ ਕੁਛ ਸਾਲ ਉਹਨਾਂ ਨਾਲ ਕੰਮ ਕੀਤਾ ਉਸ ਤੋਂ ਬਾਅਦ ਮੈਂ ਮਾਨਕ ਸਾਹਿਬ ਨਾਲ ਜਦੋਂ ਤੋਂ ਜੁੜਿਆ 97-98 ਤੋਂ ਫਿਰ ਲਗਾਤਾਰ ਉਹਨਾਂ ਦੇ ਨਾਲ ਹੀ ਮੈਂ ਜ਼ਿਆਦਾ ਰਿਹਾ ਕੀ ਕਰਦੇ ਹੁੰਦੇ ਸੀ ਆਪਾਂ ਉਹਨਾਂ ਦੇ ਨਾਲ ਮੈਨੂੰ ਉਹਨਾਂ ਨੇ ਸਟਿੱਪਣੀ ਤੌਰ 'ਤੇ ਰੱਖਿਆ ਸੀ ਅੱਛਾ ਜੀ ਮੈਂ ਉਹਨਾਂ ਨਾਲ ਹਾਰਮੋਨੀਅਮ ਵਜਾ ਲੈਂਦਾ ਸੀ ਬੈਂਜੋ ਵਜਾ ਲੈਂਦਾ ਸੀ ਨਾਲ ਗਾਉਣਾ ਵੀ ਨਾਲ ਕੋਰਸ ਵੀ ਬੋਲਣਾ ਮੈਂ ਯੂਰਪ ਦੇ ਵੀ ਟੂਰ ਲਾਏ ਨਾਲ ਸਾਰੇ ਸਾਰੇ ਕੰਮ ਬੈਂਜੋ ਵਜਾਉਣੀ ਤੇ ਇਸ ਕਰਕੇ ਮੈਨੂੰ ਉਹਨਾਂ ਨੇ ਸਾਰੇ ਕੰਮਾਂ 'ਤੇ ਰੱਖਿਆ ਸੀ ਜਿੱਥੇ ਕੋਈ ਹੁੰਦਾ ਉਹ ਇਹਨਾਂ ਨੂੰ ਲਾਉਣਾ ਠੀਕ ਹੈ ਮਾਨਕੋਣੀ ਅਸੀਂ ਮਾਨਕੋਣੀ ਨੂੰ ਇੱਕ ਦੋ ਵਾਰੀ ਮਿਲੇ ਸੀ ਇੰਗਲੈਂਡ ਦੇ ਵਿੱਚ ਹੀ ਹਾਂਜੀ ਸੁਭਾਅ ਦੇ ਵੈਸੇ ਬਹੁਤ ਵਧੀਆ ਇਨਸਾਨ ਸੀਗੇ ਉਹ ਬਿਲਕੁਲ ਜੀ ਬਿਲਕੁਲ ਤੇ ਇਸ ਵੇਲੇ ਹੁਣ ਦੁਨੀਆ 'ਤੇ ਨਹੀਂ ਰਹੇ ਚਲੋ ਹੈ ਨਾ ਤੇ ਕਹਿੰਦੇ ਬਾਰੀ ਆਪੋ ਆਪਣੀ ਆ ਬਿਲਕੁਲ ਜਿਹੜਾ ਇਨਸਾਨ ਦੁਨੀਆ 'ਤੇ ਆਇਆ ਉਹਨੇ ਇੱਕ ਦਿਨ ਜਾਣਾ ਵੀ ਜ਼ਰੂਰ ਹੈਗਾ ਪਰ ਉਹਦੇ ਗਾਣੇ ਬਹੁਤ ਵਧੀਆ ਸੀ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਭਾਜੀ ਉਹਦੀਆਂ ਵੀ ਦੋ ਲਾਈਨਾਂ ਹੋ ਜਾਣ ਹੁਣ ਹੋ ਮਾਂ ਹੁੰਦੀ ਏ ਹੋ ਮਾਂ ਏ ਦੁਨੀਆ ਵਾਲਿਓ ਹੋ ਮਾਂ ਹੈ ਠੰਡੜੀ ਸਾਵੇ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਏ ਦੁਨੀਆ ਫੜਦਾ ਬਾਹੇ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਵੇ ਦੁਨੀਆ ਵਾਲਿਓ ਭਾਜੀ ਬਹੁਤ ਵਧੀਆ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਤੇ ਹਾਂਜੀ ਭਾਜੀ ਹੁਣ ਆਪਾਂ ਚੱਲਦੇ ਹੈਗੇ ਹਾਂ ਚਲੋ ਇੰਗਲੈਂਡ ਤੋਂ ਤੁਸੀਂ ਫਿਰ ਥੋੜ੍ਹਾ ਚਿਰ ਸਾਨੂੰ ਆਇਆ ਹੋਇਆ ਦੋ ਕੁ ਹਫ਼ਤੇ ਹੋਏ ਆ ਤੇ ਹੁਣ ਪੰਜਾਬ ਨੂੰ ਆਪਾਂ ਚੱਲਦੇ ਹਾਂ ਤੇ ਭਾਜੀ ਪੰਜਾਬ ਵਿੱਚ ਤੁਸੀਂ ਹਰਿਆਣਾ ਦੱਸਿਆ ਨਾ ਪੰਜਾਬ ਦੀਆਂ ਗੱਲਾਂ ਪਤਾ ਥੋੜ੍ਹੀ ਤੁਹਾਨੂੰ ਜ਼ਿਆਦਾ ਪੁੱਛਾਂਗੇ ਅੱਜ ਗਾਣੇ ਤੁਹਾਡੇ ਕੋਲ ਆਪਾਂ ਇਹ ਦੋ ਹੋਰ ਸੁਣਨੇ ਹੈਗੇ ਦੋ ਜਾਂ ਤਿੰਨ ਠੀਕ ਆ ਭਾਜੀ ਪੰਜਾਬ ਤੁਸੀਂ ਹਰਿਆਣਾ ਦੱਸਿਆ ਨਾ ਇਹ ਹੁਣ ਚੱਲਦੇ ਹਰਿਆਣਾ ਵਿੱਚ ਕਿਹੜਾ ਆਪਣਾ ਪਿੰਡ ਸੀ ਦਮਦਮਾ ਹਰਿਆਣਾ ਦੇ ਵਿੱਚ ਕੁੱਕਿਆਣਾ ਦਮਦਮਾ ਇਹ ਜ਼ਿਲ੍ਹਾ ਕਿਹੜਾ ਪੈਂਦਾ ਫਿਰ ਉੱਥੇ ਜ਼ਿਲ੍ਹਾ ਸਰਸਾ ਜੀ ਜ਼ਿਲ੍ਹਾ ਸਰਸਾ ਹਰਿਆਣੇ ਦੇ ਵਿੱਚ ਇਹ ਕਿਹੜਾ ਪਿੰਡ ਸੋਰੀ ਦਮਦਮਾ ਜੀ ਆਪਣੇ ਆਪ ਬਚਪਨ ਉਸ ਪਿੰਡ 'ਚ ਉੱਥੇ ਬਿਲਕੁਲ ਜੀ ਬਿਲਕੁਲ ਉੱਥੇ ਕਿੰਨੇ ਜਾਂ ਤੋਂ ਆਪਣੀ ਉੱਥੇ ਆਪਣਾ ਪਰਿਵਾਰ ਰਹਿ ਰਿਹਾ ਤਕਰੀਬਨ ਉਹੀ ਜਾਣੀ 60 ਸਾਲ ਹੋ ਗਏ ਹੋਣੇ ਬਜ਼ੁਰਗਾਂ ਨੂੰ ਉੱਥੇ ਰਹਿੰਦੇ ਸੀਗੇ ਜਾਣੀ ਇੱਦਾਂ ਨਹੀਂ ਕਿ ਪੰਜਾਬ ਤੋਂ ਚੱਲ ਕੇ ਉੱਥੇ ਜ਼ਮੀਨ ਖੇਤੀਬਾੜੀ ਲੈ ਲਈ ਉੱਥੇ ਚੱਲ ਗਿਆ ਜਾਂਦਾ ਉੱਥੇ ਉੱਥੇ ਰਹਿੰਦੇ ਸੀ ਨਾ ਹਾਂਜੀ ਹਾਂਜੀ ਠੀਕ ਆ ਤੇ ਤੁਹਾਡਾ ਬਚਪਨ ਪਿੰਡ 'ਚ ਬੀਤਿਆ ਬਿਲਕੁਲ ਜੀ ਪੜ੍ਹਾਈ ਲਿਖਾਈ ਆਪਣੀ ਕਿੰਨੀ ਹੋਈ ਪੜ੍ਹਾਈ ਤਾਂ ਜਿਹੜੇ ਪਹਿਲਾਂ ਕਲਾਕਾਰ ਬਣਦੇ ਸੀ ਉਹ ਪੜ੍ਹਦੇ ਘੱਟ ਹੁੰਦੇ ਸੀ ਕਿਉਂਕਿ ਉਹਨਾਂ ਦਾ ਧਿਆਨ ਜ਼ਿਆਦਾ ਇੱਧਰ ਹੀ ਹੁੰਦਾ ਸੀ ਵੀ ਅਸੀਂ ਕਲਾਕਾਰ ਬਣਨਾ ਹੁਣ ਜਿਹੜੇ ਅੱਜ ਕੱਲ੍ਹ ਨਵੇਂ ਸਿੰਗਰ ਆ ਰਹੇ ਆ ਉਹ ਪਹਿਲਾਂ ਪੜ੍ਹਾਈ ਕਰਦੇ ਬਾਅਦ 'ਚ ਗਾਉਣ ਲੱਗ ਜਾਂਦੇ ਅਸੀਂ ਪਹਿਲਾਂ ਗਾਉਣ ਲੱਗਦੇ ਸੀ ਬਾਅਦ 'ਚ ਪੜ੍ਹਾਈ ਕਰਦੇ ਸੀ ਕਹਿਣ ਤੋਂ ਭਾਵ ਆ ਕਿ ਪੰਜ ਕੇ ਪੜ੍ਹੇ ਜਾਣਗੇ ਉਹੀ ਬਸ ਦੋ ਚਾਰ ਹੋਰ ਲਾ ਲਓ ਨਾਲ
ਪ੍ਰਭਾਵ ਪੈ ਜਾਂਦਾ ਸੀ ਨਾ ਜਿੱਥੇ ਕੁੱਟ ਪੈਣੀ ਉਹ ਗਾਣੇ ਪਚਾ ਲੈਂਦੇ ਸੀ ਜਦੋਂ ਸ਼ਨੀਵਾਰ ਸਾਡੇ ਕੋਲ ਉਹਨੇ ਗਾਣੇ ਸੁਣਨੇ ਉਹ ਫਿਰ ਸਾਰਾ ਕੀਤਾ ਪੂਰੇ ਹਫ਼ਤੇ ਦਾ ਉਹ ਕਲੀਅਰ ਹੋ ਜਾਂਦਾ ਸੀ ਤੇ ਗਾਣੇ ਵਿੱਚ ਕੁੱਟਾ ਪੂਰਾ ਹੋ ਜਾਣਾ। ਹਾਂਜੀ ਬਿਲਕੁਲ ਬਿਲਕੁਲ ਤੇ ਜਦੋਂ ਤੁਸੀਂ ਛੋਟੇ ਬੱਚੇ ਸੀਗੇ ਹੁਣ ਟੀਚਰ ਕਹਿੰਦੇ ਤਾਂ ਹੋਣਗੇ ਉੱਠ ਕੇ ਰੋਜ਼ ਜਾਣਗੇ ਕਦੇ ਕਦੇ ਕਿ ਗਾਣਾ ਸਾਨੂੰ ਸੁਣਾਓ ਜੀ, ਤੁਸੀਂ ਬੜੇ ਪਿਆਰ ਨਾਲ ਉਹਨਾਂ ਨੂੰ ਸੁਣਾਉਂਦੇ ਹੋਣੇ ਕਿ ਨਹੀਂ? ਗਾਣੇ ਤਾਂ ਸੁਣਾਉਂਦੇ ਸੀ ਜਦੋਂ ਕੋਈ ਕਲਾਕਾਰ ਇੱਧਰੋਂ ਲੁਧਿਆਣੇ ਤੋਂ ਜਾਂਦਾ ਸੀ ਉਦੋਂ ਕੁੱਟ ਵੀ ਬਹੁਤ ਖਾਧੀ ਹੈ। ਠੀਕ ਹੈ। ਕਲਾਕਾਰ ਦੇਖਣ ਚਲੇ ਜਾਣਾ, ਸਕੂਲੋਂ ਛੁੱਟੀ ਕਰ ਲੈਣੀ, ਅੱਧੀ ਛੁੱਟੀ ਹੋਏ ਭੱਜ ਜਾਣਾ, ਉਹਨਾਂ ਕਰਕੇ ਵੀ ਕਾਫ਼ੀ ਕੁੱਟ ਖਾਧੀ ਸੀ। ਅਤੇ ਭਾਈ ਸਭ ਤੋਂ ਪਹਿਲਾਂ ਆਪਣਾ ਗਾਣਾ ਫਿਰ ਕਿਹੜਾ ਰਿਕਾਰਡ ਹੋਇਆ? ਸਭ ਤੋਂ ਪਹਿਲਾਂ ਇੱਥੇ ਕਿਸਮਤ ਰਿਕਾਰਡਿੰਗ ਵਾਲੇ ਸੀ ਆਪਣੇ ਇੰਗਲੈਂਡ ਦੇ ਵਿੱਚ, ਉਹਨਾਂ ਨੇ ਕੀਤਾ ਸੀਗਾ। ਠੀਕ ਆ। ਹਾਂਜੀ, ਉਸ ਤੋਂ ਬਾਅਦ ਫਿਰ ਧਾਰਮਿਕ ਕੀਤੇ ਗੀਤ ਕਾਫ਼ੀ ਉੱਧਰ ਅਤੇ ਫਿਰ ਚੱਲਦੇ ਚੱਲਦੇ ਫਿਰ ਕਾਫ਼ੀ ਟੇਪਾਂ ਆਈਆਂ ਮੇਰੀਆਂ। ਠੀਕ ਆ। ਤੁਸੀਂ ਇੰਗਲੈਂਡ ਨੂੰ ਦੱਸਿਆ 5-6 ਵਜੇ ਤੁਸੀਂ ਇੰਗਲੈਂਡ ਨੂੰ ਆ ਚੁੱਕੇ ਹਾਂ। ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਕਿਹੜੇ ਸਾਲ ਵਿੱਚ ਆਏ ਸੀ ਤੁਸੀਂ ਫਿਰ? ਮੇਰਾ ਖਿਆਲ 98 ਦੇ ਕਰੀਬ ਸੀ। ਲੌਂਗ ਟਾਈਮ ਤੋਂ ਆਉਂਦੇ ਆ ਇੰਗਲੈਂਡ? ਹਾਂਜੀ ਹਾਂਜੀ, ਕਾਫ਼ੀ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਹੀ ਪਹਿਲੀ ਵਾਰੀ ਆਏ ਆ। ਨਹੀਂ ਨਹੀਂ ਜੀ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਠੀਕ ਹੈ। ਅਤੇ ਭਾਅ ਜੀ ਹਰਮੋਨੀਆ ਬਾਜਾ ਫਿਰ ਆਪਾਂ ਇਹ ਕਿਹਦੇ ਕੋਲ ਸਿੱਖਿਆ ਵਜਾਉਣਾ? ਇਹ ਬਸ ਕੁਦਰਤ ਨੇ ਹੀ ਸਿਖਾਤਾ ਸਭ ਕੁਛ। ਕਿਸੇ ਕੋਲ ਤਾਂ ਮਾੜਾ ਮੋਟਾ ਸਿੱਖਿਆ ਹੋਊਗਾ? ਬਸ ਜਿਵੇਂ ਦੇਖ ਦੇਖ ਕੇ ਆਪਣਾ, ਜਿਵੇਂ ਸਾਡਾ ਅਸਲ ਸਾਡਾ ਪਿਛੋਕੜ ਸੀਗਾ ਰਾਮਗੜੀਆਂ ਦੇ ਵਿੱਚੋਂ। ਹਾਂਜੀ। ਸਾਡੇ ਤਕਰੀਬਨ ਅਸੀਂ ਸਾਜ਼ ਵੀ ਸਾਰੇ ਬਣਾ ਲੈਂਦੇ ਸੀ, ਮੇਰਾ ਵੱਡਾ ਭਾਈ ਬਣਾ ਲੈਂਦਾ ਸੀ, ਉਹ ਘਰੇ ਜਿਵੇਂ ਜਿਵੇਂ ਸਾਜ਼ ਵਜਾਉਂਦੇ ਸੀ ਤਾਂ ਫਿਰ ਨਾਲ ਨਾਲ ਬਣਾਉਂਦੇ ਵੀ ਸੀ, ਫਿਰ ਸਾਰਾ ਵਿੱਚ ਹੀ ਸਾਰੇ ਹੋਈ ਜਾਂਦਾ ਸੀ। ਠੀਕ ਹੈ ਠੀਕ ਹੈ ਠੀਕ ਹੈ। ਅਤੇ ਤੂੰਬੀ? ਤੂੰਬੀਆਂ ਵੀ ਅਸੀਂ ਆਪ ਬਣਾਉਂਦੇ ਰਹੇ ਪਹਿਲਾਂ। ਤੂੰਬੀਆਂ ਵੀ ਆਪ ਬਣਾਉਂਦੇ ਰਹੇ? ਹਾਂਜੀ। ਠੀਕ ਹੈ। ਤੂੰਬੀ ਤਾਂ ਬਹੁਤ ਵਧੀਆ ਲੈ ਕੇ ਆਏ ਅੱਜ, ਦੇਖੀ ਮਾੜੀ ਵਜਾ ਕੇ ਤੂੰਬੀ ਤੁਹਾਡੀ ਬਹੁਤ ਵੱਧ। ਫਿਰ ਤੂੰਬੀ ਫਿਰ ਕਿੱਦਾਂ ਇਹ ਕਿਹਦੇ ਕੋਲ ਸਿੱਖੀ ਆਪਾਂ? ਫਿਰ ਉਹੀ ਮੈਂ ਬੈਂਜੋ ਵਜਾਉਂਦੇ ਪਹਿਲਾਂ, ਬੈਂਜੋ ਦੇ ਨਾਲ ਤੂੰਬੀ ਦਾ ਵੀ ਨਾਲ ਹੱਥ ਚੱਲਦਾ ਸੀਗਾ। ਹਾਂਜੀ ਹਾਂਜੀ, ਦੋਨੇ ਕੰਮ ਚੱਲਦੇ ਭਾਈ। ਤੂੰਬੀ ਨਾਲ ਦੋ ਬੋਲ ਹੋ ਜਾਣ ਜਿਹੜੇ ਮਾਜੀ ਤੁਹਾਡੇ ਪਸੰਦ ਦੇ ਧਾਰਮਿਕ ਹੋਣ, ਜਿੱਦਾਂ ਇੱਛਰਾਂ ਤਾਂ ਮਾਰਦੀ ਚਲੋ ਸੁਣਾ ਦਿਓ। ਹੋ ਇੱਛਰਾਂ ਤਾਂ ਮਾਰਦੀ ਨਾਲੇ ਦੇਵੇ ਦੁਹਾਈਆਂ, ਹਏ ਮੇਰੇ ਪੂਰਨ ਪੁੱਤ ਨੂੰ ਹੱਥ ਕੜੀਆਂ ਲਾਈਆਂ, ਹਏ ਮੇਰੇ ਪੂਰਨ ਪੁੱਤ ਨੂੰ ਹੱਥ ਕੜੀਆਂ ਲਾਈਆਂ। ਹੋ ਰਾਜਾ ਕਹੇ ਜਲਾਦ ਨੂੰ ਛੇਤੀ ਲੈ ਜਾਓ, ਹੋ ਹੱਥ ਪੈਰ ਵੱਢ ਕੇ ਖੂਹੇ ਵਿੱਚ ਪਾਓ, ਹੋ ਟੁਕੜੇ ਟੁਕੜੇ ਕਰਦੇ ਹੋ ਕਿਉਂ ਦੇਰੀਆਂ ਲਾਈਆਂ, ਹਏ ਮੇਰੇ ਪੂਰਨ ਪੁੱਤ ਨੂੰ ਹੱਥ ਕੜੀਆਂ ਲਾਈਆਂ, ਹਏ ਮੇਰੇ ਪੂਰਨ ਪੁੱਤ ਨੂੰ ਹੱਥ ਕੜੀਆਂ ਲਾਈਆਂ। ਆ ਜੀ ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਭਾਈ ਤੁਹਾਡੀ ਆਵਾਜ਼ ਵੀ ਐਨ ਮਾਨਕ ਸਾਹਮਣਾ ਨਾਲ ਮਿਲਦੀ ਆ। ਥੈਂਕ ਯੂ ਜੀ, ਮਾੜਾ ਮੋਟਾ ਸੱਚੀ ਐਨ ਮਿਲਦੀ ਤੁਹਾਡੀ। ਅਤੇ ਹੋਰ ਸੁਣਾਓ ਕਿੱਦਾਂ ਗੱਲਬਾਤ ਇਸ ਵੇਲੇ? ਆਪਣਾ ਕੋਈ ਕਿਹੜਾ ਪ੍ਰੋਜੈਕਟ ਚੱਲ ਰਿਹਾ, ਧਾਰਮਿਕ ਚੱਲ ਰਿਹਾ ਜਾਂ ਕੋਈ ਸੱਭਿਆਚਾਰਕ ਚੱਲ ਰਿਹਾ? ਹੁਣ ਮੈਂ ਥੋੜ੍ਹਾ ਮਾਨਕ ਸਾਹਿਬ ਦਾ ਮੇਲਾ ਅਸੀਂ ਕਰਵਾਇਆ ਸੀਗਾ ਜਲਾਲ ਦੀਵਾਲ 30 ਨਵੰਬਰ ਨੂੰ। ਠੀਕ ਆ। ਉਹਦੇ ਵਿੱਚ ਆਪਾਂ ਟੇਪ ਰਿਲੀਜ਼ ਕੀਤੀ ਸੀ ਖੁੱਲ੍ਹਾ ਅਖਾੜਾ। ਅੱਛਾ ਜੀ। ਉਹਦੇ 'ਚ ਮੇਰੇ 10 ਸੌਂਗ ਅਸੀਂ ਕੀਤੇ ਸੀ, ਦੇਵ ਤਰੀਕਿਆਂ ਵਾਲੇ 5 ਉਹਨਾਂ ਦੇ ਲਿਖੇ ਸੀ, ਕੁਛ ਕਲੀਆਂ ਸੀ ਅਤੇ ਧਾਰਮਿਕ ਅਤੇ ਕੁਛ ਧੀਰਾ ਗਿੱਲ ਬੁਲਾਰੇ ਵਾਲਾ ਉਹਨਾਂ ਦੇ ਸੀ, ਅਮਰੀਕ ਸਿੰਘ ਤਲਵੰਡੀ, ਕਾਫ਼ੀ ਰਾਈਟਰਾਂ ਦੇ ਮੈਂ ਗੀਤ ਵਿੱਚ ਰਿਲੀਜ਼ ਕੀਤੇ ਆ। ਅਤੇ ਜਿਹੜਾ ਆਪਣਾ ਭਰੂਣ ਹੱਤਿਆ ਵਾਲਾ ਸੀਗਾ, ਹਾਂਜੀ, ਅਤੇ ਜਿਹੜਾ ਕਿਸਾਨੀ 'ਤੇ ਤੁਸੀਂ ਲਿਖਿਆ ਸੀ, ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਹਾਂਜੀ, ਪਰ ਉਹ ਗਾਣੇ ਕਿਹਦੇ ਲਿਖੇ ਹੋਏ ਆ? ਕਿਸਾਨ ਵਾਲਾ ਅਮਰੀਕ ਸਿੰਘ ਤਲਵੰਡੀ ਸਾਹਿਬ ਦਾ ਲਿਖਿਆ ਅਤੇ ਭਰੂਣ ਹੱਤਿਆ ਦਾ ਗੁਰਦਿਆਲ ਸਿੰਘ ਸ਼ੌਂਕੀ। ਠੀਕ ਹੈ ਠੀਕ ਹੈ। ਬਹੁਤ ਹੀ ਪਿਆਰੇ ਰਾਈਟਰ ਆਪਣੇ ਅਤੇ ਉਹਦੀਆਂ ਮੈਂ ਤੁਹਾਨੂੰ ਦੋ ਕਲੈਨਾਂ ਕਿਸਾਨ ਵਾਲੇ ਦੀ ਜ਼ਰੂਰ ਸੁਣਾਊਂਗਾ। ਜ਼ਰੂਰ ਸੁਣਾਓ, ਦੋ ਕੁ ਜਿੰਨੀਆਂ ਵੀ ਸਾਨੂੰ ਆਉਂਦੀਆਂ ਉੰਨੀਆਂ ਸਾਨੂੰ ਸੁਣਾਓ। ਹੋ ਮੇਰੇ ਦੇਸ਼ ਦੇ ਕਿਸਾਨਾਂ, ਮੇਰੇ ਦੇਸ਼ ਦੇ ਕਿਸਾਨਾਂ, ਇਹ ਚੰਗੀ ਨਹੀਂ ਓ ਗੱਲ, ਹੋ ਖੁਦਕਸ਼ੀਆਂ ਦੇ ਨਾਲ ਹੋਣੇ ਮਸਲੇ ਨਹੀਂ ਹੱਲ। ਓਏ ਹੋਏ।
ਹਏ ਖੁਦਕਸ਼ੀਆਂ ਦੇ ਨਾਲ ਹੁਣ ਮਸਲੇ ਨਹੀਂ ਹੱਲ ਮੇਰੇ ਦੇਸ਼ ਦੇ ਕਿਸਾਨਾਂ ਮੇਰੇ ਦੇਸ਼ ਦੇ ਕਿਸਾਨਾਂ ਹੋ ਤੂੰ ਤਾਂ ਖੇਤਾਂ ਦਾ ਸੀ ਰਾਜਾ ਲਿਆ ਕਰਜ਼ੇ ਨੇ ਘੇਰ ਇੰਨਾ ਅੰਨ ਤੂੰ ਉਗਾਇਆ ਕਦੇ ਕੀਤੀ ਨਹੀਂ ਓ ਮੇਰ ਇੰਨਾ ਅੰਨ ਤੂੰ ਉਗਾਇਆ ਕਦੇ ਕੀਤੀ ਨਹੀਂ ਓ ਮੇਰ ਹੋ ਅੰਨ ਦਾਤੇ ਦਾ ਖਿਲਾਬ ਅੰਨ ਦਾਤੇ ਦਾ ਖਿਤਾਬ ਆਇਆ ਤੇਰੇ ਕੋਲ ਚੱਲ ਖੁਦਕਸ਼ੀਆਂ ਦੇ ਨਾਲ ਹੁਣ ਮਸਲੇ ਨਹੀਂ ਹੱਲ ਹੋ ਜੱਟਾ ਖੁਦਕਸ਼ੀਆਂ ਦੇ ਨਾਲ ਹੁਣ ਮਸਲੇ ਨਹੀਂ ਹੱਲ ਹੋ ਮੇਰੇ ਦੇਸ਼ ਦੇ ਕਿਸਾਨਾਂ ਮੇਰੇ ਦੇਸ਼ ਦੇ ਕਿਸਾਨਾਂ ਭਾਅ ਜੀ ਬਹੁਤ ਵਧੀਆ ਭਾਅ ਜੀ ਐਂ ਦਿਲ ਨੂੰ ਕਹਿੰਦੇ ਖਿੱਚ ਪੈ ਗਈ ਸਹੀ ਗੱਲ ਆ ਖੁਦਕਸ਼ੀਆਂ ਕਰਕੇ ਕੋਈ ਗੱਲਬਾਤ ਸਿਰੇ ਨਹੀਂ ਚੜ੍ਹਦੀ ਹਾਂਜੀ ਇਹ ਗੱਲ ਇਹ ਵੀ ਹੈਗੀ ਆ ਜਿਹੜਾ ਵੀ ਗੱਲਬਾਤਾਂ ਕੀਤੀਆਂ ਹੈਗੀਆਂ ਸਾਰੀ ਦੁਨੀਆਂ ਨੂੰ ਕਹਿੰਦੇ ਰਜਾਉਣ ਵਾਲਾ ਕਿਸਾਨ ਜਿੱਥੋਂ ਆਪਾਂ ਫਸਲ ਹੋਊਗੀ ਬਹੁਤ ਦੁੱਖ ਲੱਗਦਾ ਜਦੋਂ ਖੁਦਕਸ਼ੀ ਕਰਦਾ ਅਖਬਾਰ ਪੜ੍ਹੀਦਾ ਇੰਨਾ ਦੁੱਖ ਲੱਗਦਾ ਕਿਉਂਕਿ ਗੌਰਮੈਂਟਾਂ ਵੀ ਕੋਈ ਹੈਲਪ ਨਹੀਂ ਨਾ ਕਰਦੀਆਂ ਹੈਗੀਆਂ ਬਿਲਕੁਲ ਜੀ ਬਿਲਕੁਲ ਹਾਂਜੀ ਕਰਜ਼ੇ ਹੇਠ ਕਹਿੰਦੇ ਕਿਸਾਨ ਦੱਬਿਆ ਹੋਇਆ ਆ ਤੇ ਉਹ ਵਿਚਾਰ ਜਦੋਂ ਸੋਚਦਾ ਕਿ ਹੁਣ ਮੇਰੇ ਤੋਂ ਕੋਈ ਚਾਰਾ ਹੈ ਨਹੀਂਗਾ ਤੇ ਇਸ ਪਾਸੇ ਨੂੰ ਜਾਂਦਾ ਬਿਲਕੁਲ ਜੀ ਬਿਲਕੁਲ ਪਰ ਬਹੁਤ ਮਾੜੀ ਗੱਲ ਆ ਕਰੀ ਭਾਈ ਤੁਹਾਡਾ ਗਾਣਾ ਇੰਨਾ ਵਧੀਆ ਸੀਗਾ ਨਾ ਯਾਨੀ ਕਿ ਐਂ ਦਿਲ ਨੂੰ ਕਹਿੰਦੇ ਟੰਬ ਦਿੱਤਾ ਇਹਨੂੰ ਫੜ ਕੇ ਤੇ ਭਾਅ ਜੀ ਹੁਣ ਪੰਜਾਬ ਦੇ ਇਸ ਵੇਲੇ ਹਾਲਾਤ ਕਿੱਦਾਂ ਨਸ਼ਿਆਂ ਵੱਲ ਦੁਨੀਆ ਆਪਣੇ ਜਵਾਨੀ ਬਹੁਤ ਚੱਲ ਗਈ ਸੀਗੀ ਉਹਦੇ ਬਾਰੇ ਕੀ ਵਿਚਾਰ ਆਪਣੇ ਨਸ਼ਿਆਂ ਦਾ ਇਸ ਤਰ੍ਹਾਂ ਹੁੰਦਾ ਹੈ ਦੇਖੋ ਮੈਂ ਆਪਣੇ ਆਪ ਨੂੰ ਵਿੱਚ ਲੈਂਦਾ ਇਸ ਚੀਜ਼ ਦੇ ਵਿੱਚ ਬਹੁਤ ਸਾਰਾ ਰੋਲ ਸਰਕਾਰਾਂ ਦਾ ਹੁੰਦਾ ਬਹੁਤ ਸਾਰਾ ਰੋਲ ਕਲਾਕਾਰਾਂ ਦਾ ਹੁੰਦਾ ਹਾਂਜੀ ਹਾਂਜੀ ਕਿਉਂਕਿ ਕਲਾਕਾਰ ਇੱਕ ਸ਼ੀਸ਼ਾ ਹੁੰਦਾ ਪਬਲਿਕ ਦਾ ਜੋ ਉਹ ਲੋਕਾਂ ਨੂੰ ਦਿਖਾਉਂਦੇ ਆ ਉਹ ਲੋਕ ਉਹਨੂੰ ਵੇਖਦੇ ਆ ਤੁਹਾਡੀ ਗੱਲ 16 ਲਈ ਸਹੀ ਆ ਹਾਂਜੀ ਜਿਹੋ ਜਿਹੇ ਅਸੀਂ ਗੀਤ ਲੋਕਾਂ 'ਚ ਗਾਉਂਦੇ ਹਾਂ ਉਹੋ ਜਿਹੇ ਲੋਕਾਂ ਦੇ ਉੱਤੇ ਪ੍ਰਭਾਵ ਪੈਂਦਾ ਵੀ ਇਹ ਚੀਜ਼ ਜੋ ਗਾ ਰਹੇ ਆ ਹੁਣ ਜੋ ਗੱਡੀਆਂ ਵੱਡੀਆਂ ਦੀ ਗੱਲ ਕਰਾਂਗੇ ਲੋਕਾਂ ਦਾ ਖਿੱਚ ਉਹ ਵੱਡੀਆਂ ਗੱਡੀਆਂ ਅਸੀਂ ਵੀ ਲਈਏ ਚਾਹੇ ਉਹਨਾਂ ਨੂੰ ਬਾਅਦ 'ਚ ਆਤਮ ਹੱਤਿਆ ਕਰਨੀ ਪਵੇ ਉਹਦੇ ਕਰਜ਼ੇ ਨਾ ਲੈਣ ਇਸੇ ਤਰ੍ਹਾਂ ਜੇ ਕੋਈ ਗੀਤ ਪਹਿਲਾਂ ਗੀਤ ਹੁੰਦੇ ਸੀ ਉਹਨਾਂ 'ਚ ਸੁਝਾਵ ਦਿੱਤਾ ਜਾਂਦਾ ਹੁੰਦਾ ਸੀ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ ਹੁਣ ਜਿਹੜੇ ਗੀਤ ਆ ਰਹੇ ਆ ਧੂਮ ਧੜਕਾ ਐਂ ਕਰ ਲਓ ਉਹ ਕਰ ਲਓ ਇਹ ਕਰ ਕਿਉਂਕਿ ਉਹ ਜਿਹੜੇ ਆਪਣੀ ਜਵਾਨੀ ਹੈਗੀ ਉਹ ਸੋਚਦੇ ਕਿ ਸਾਰਾ ਕੁਛ ਇਹ ਸਹੀ ਕਰ ਰਹੇ ਆ ਹਾਂ ਸਹੀ ਕਰ ਰਿਹਾ ਜੋ ਗੱਡੀਆਂ ਗੁੱਡੀਆਂ ਜੋ ਵੀ ਹੈਗਾ ਉਹ ਕਹਿੰਦੇ ਸਾਰਾ ਕੁਛ ਜੋ ਵੀ ਟੀਵੀ ਤੇ ਆ ਰਿਹਾ ਗਾਣੇ ਆ ਰਹੇ ਇਹ ਕੁਛ ਸਹੀ ਆ ਉਹਨੂੰ ਫੋਲੋ ਕਰਦੇ ਨਾ ਬਿਲਕੁਲ ਬਿਲਕੁਲ ਇਸ ਕਰਕੇ ਜਿਹੜਾ ਨਸ਼ਿਆਂ ਦਾ ਰੁਝਾਨ ਵੀ ਕੁਛ ਇਸ ਤਰ੍ਹਾਂ ਵੀ ਵੱਧ ਗਿਆ ਵੀ ਮੈਂ ਆਹ ਪੀਊਂਗਾ ਮੈਂ ਆਹ ਖਾਊਂਗਾ ਰੋਜ਼ ਦਾਰੂ ਦੀ ਐਡਾਂ ਦੇ ਰਹੇ ਵਾਰ ਵਾਰ ਗੀਤਾਂ ਦੇ ਵਿੱਚ ਆਹ ਦਾਰੂ ਪੀਓ ਜੀ ਆਹ ਦੇਸੀ ਪੀਓ ਜੀ ਅੰਗਰੇਜ਼ੀ ਪੀਓ ਕਿਆ ਪੀਓ ਫਲਾਣਾ ਪੀਓ ਬਿਲਕੁਲ ਗਲਤ ਕੰਮ ਆ ਬਿਲਕੁਲ ਬਿਲਕੁਲ ਤੇ ਭਾਈ ਆਪਣਾ ਕੀ ਵਿਚਾਰ ਆ ਮਾੜੀ ਗਾਇਕੀ ਬਾਰੇ ਮਾੜੀ ਗਾਇਕੀ ਜਿਹੜੀ ਮਤਲਬ ਵੀਡੀਓ ਵੀ ਕਈ ਬਹੁਤ ਮਾੜੀਆਂ ਆਉਂਦੀਆਂ ਹੈਗੀਆਂ ਗਾਇਕੀ ਵੀ ਕਈ ਵਾਰੀ ਬੋਲ ਇਦਾਂ ਦੇ ਹੁੰਦੇ ਆ ਆਪਾਂ ਨਹੀਂ ਸੁਣ ਸਕਦੇ ਤੁਹਾਡੇ ਕੀ ਵਿਚਾਰ ਆ ਕਿ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਦੇਖੋ ਜੀ ਗੱਲ ਇਹ ਆ ਕਹਿੰਦੇ ਸਾਰੇ ਹੀ ਆ ਕਹਿੰਦੇ ਸਾਰੇ ਹੀ ਆ ਇਹ ਵੀ ਲੋਕ ਕਹਿੰਦੇ ਸੈਂਸਰ ਬੋਰਡ ਹੋਣਾ ਚਾਹੀਦਾ ਜੀ ਮੈਂ ਤਾਂ ਇਹ ਗੱਲ ਕਹਿੰਦਾ ਵੀ ਸੈਂਸਰ ਬੋਰਡ ਤੁਹਾਡੇ ਘਰੇ ਆ ਤੁਸੀਂ ਕਿਤੇ ਜਾਣ ਦੀ ਲੋੜ ਨਹੀਂ ਹਾਂਜੀ ਜਿਹੜੇ ਗੀਤ ਦੀ ਤੁਸੀਂ ਆਪਣੀ ਭੈਣ ਕੋਲੇ ਆਪਣੀ ਧੀ ਕੋਲੇ ਘਰਦਿਆਂ ਕੋਲੇ ਬਹਿ ਕੇ ਰੈਸਲ ਕਰ ਲਈ ਸਮਝ ਲਓ ਉਹ ਗੀਤ ਪਾਸ ਆ ਜੇ ਤੁਸੀਂ ਆਪਦੇ ਘਰੇ ਨਹੀਂ ਗਾ ਸਕਦੇ ਤੁਹਾਡਾ ਹੱਕ ਦੂਜੇ ਘਰੇ ਜਾ ਕੇ ਵੀ ਨਹੀਂ ਗਾਉਣ ਦਾ ਸਹੀ ਗੱਲ ਆ ਕਿ ਆਪਣੇ ਘਰ ਤੁਸੀਂ ਉਹ ਟੇਬ ਲਗਾ ਨਹੀਂ ਸਕਦੇ ਹੈਗੇ ਗੁਆਂਢੀਆਂ ਜਾ ਕੇ ਤੁਸੀਂ ਭੰਗੜੇ ਪਾਉਂਦੇ ਫਿਰੋ ਬਿਲਕੁਲ ਬਿਲਕੁਲ ਜੀ ਇਸ ਕਰਕੇ ਜਿਹੜਾ ਗੀਤ ਕੋਈ ਵੀ ਰਿਕਾਰਡ ਕਰਾਉਣਾ ਮੇਰੀ ਤਾਂ ਆਦਤ ਆ ਪਹਿਲਾਂ ਘਰੇ ਸੁਣਾਉਣਾ ਘਰੇ ਰੈਸਲ ਕਰਦਾ ਜੇ ਤਾਂ ਘਰਦੇ ਕਹਿਣ ਵਧੀਆ ਤਾਂ ਗਾ ਦਿਓ ਨਹੀਂ ਆਪਦਾ ਪਾਸੇ ਰੱਖ ਦਿਓ ਮੈਂ ਕੋਈ ਕਿਸੇ ਪਰਵਾਹ ਨਹੀਂ ਕਰਦਾ ਪੈਸੇ ਦੀ ਮੈਨੂੰ ਕੋਈ ਬਹੁਤ ਫੋਨ ਆਉਂਦੇ ਆ ਵੀ ਸਾਡਾ ਗੀਤ ਗਾਓ ਜੀ ਆ ਬੁਲਟ ਤੇ ਲਿਖਿਆ ਲੰਡੀ ਜੀਪ ਤੇ ਲਿਖਿਆ ਤੁਹਾਨੂੰ ਪੈਸੇ ਦੇਵਾਂਗੇ ਮੈਂ ਬਿਲਕੁਲ ਨਹੀਂ ਲੈਣੇ ਘੱਟ ਖਾ ਲਾਂਗੇ ਕੋਈ ਗੱਲ ਨਹੀਂ ਬੰਦੇ ਦਾ ਨਾਂ ਉਹਦਾ ਯਾਦ ਰਹਿਣਾ ਲੋਕਾਂ ਨੂੰ ਜਿਹਦੇ ਚੰਗੇ ਗੀਤ ਹੋਣਗੇ ਜਿਸ ਤਰ੍ਹਾਂ ਆਪਾਂ ਜਦੋਂ ਸਾਗ ਬਣਾਉਂਦੇ ਹਾਂ ਜਦੋਂ ਉਹਨੂੰ ਰਿੰਨਦੇ ਹਾਂ ਕਈ ਸਮਾਂ ਲੱਗ ਜਾਂਦਾ ਉਹਨੂੰ ਰਿੱਝਣ ਵਾਸਤੇ ਫਿਰ ਉਹਨੂੰ 3-4 ਦਿਨ ਤੜਕੇ ਲਾ ਲਾ ਹੀ ਖਾਈ ਜਾਂਦੇ ਹਾਂ ਉਹਨੂੰ ਸਿੱਟਦੇ ਨਹੀਂ ਕੋਸ਼ਿਸ਼ ਕਰਦੇ ਵੀ ਹੋਰ ਖਾ ਲਓ ਹੋਰ ਸਵਾਦ ਹੁੰਦਾ ਇਸੇ ਤਰ੍ਹਾਂ ਜਿਹੜੇ ਹਲਕੇ ਫੁਲਕੇ ਗੀਤ ਹੁੰਦੇ ਆ ਉਹ ਜਿੰਨਾ ਚਿਰ ਉਹਨਾਂ ਦੀ ਐਡਾਂ ਚੱਲਦੀਆਂ ਉਨਾ ਚਿਰ ਹੀ ਆਉਂਦੇ ਉਦੋਂ ਬਾਅਦ ਡਿਲੀਟ ਹੋ ਜਾਂਦੇ ਸਾਰਿਆਂ ਫੋਨਾਂ ਦੇ ਵਿੱਚੋਂ ਇਹ ਮੂੰਗੀ ਦੀ ਦਾਲ ਜਦੋਂ ਭੁੱਖ ਲੱਗੀ ਉਹ ਬੰਦਾ ਬਣਾ ਤਾਂ ਲੈਂਦਾ ਜਿਹੜੀ ਵੱਜ ਜਾਂਦੀ ਉਸੇ ਟਾਈਮ ਡੋਲ ਦਿੰਦਾ ਘੰਟੇ ਬਾਅਦ ਉਹਨੂੰ ਦੁਬਾਰਾ ਨਹੀਂ ਖਾਂਦਾ ਇਹ ਜਿਹੜੇ ਹਲਕੇ ਫੁਲਕੇ ਗੀਤ ਆ ਇਹ 2-4 ਉਨਾ ਚਿਰ ਹੀ ਚੱਲਦੇ ਜਿੰਨਾ ਚਿਰ ਚੈਨਲਾਂ ਦੇ ਉੱਤੇ ਆ ਰਹੇ ਬਸ 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 ਉਦੋਂ ਬਾਅਦ ਫਿਨਿਸ਼ ਆ ਉਦੋਂ ਬਾਅਦ ਖਤਮ ਹਾਂਜੀ ਤੇ ਭਾਈ ਬਾਕੀ ਆਪਣਾ ਸਾਰਾ ਪਰਿਵਾਰ ਇਸ ਵੇਲੇ ਉੱਥੇ ਹਰਿਆਣੇ ਵਿੱਚ ਰਹਿ ਰਿਹਾ ਹਾਂਜੀ ਹਾਂਜੀ ਕੌਣ ਕੌਣ ਆਪਣੇ ਪਰਿਵਾਰ ਵਿੱਚ ਮੈਂ ਤਾਂ ਫਿਲਹਾਲ ਲੁਧਿਆਣੇ ਹੁੰਦਾ ਕਾਫੀ 25 ਸਾਲ ਹੋ ਗਏ ਮੈਨੂੰ ਅੱਛਾ ਜੀ ਪਿੰਡ ਮੇਰੇ ਦੋ ਭਾਈ ਆ ਉੱਥੇ ਦਮਦਮੇ ਐਲਨਾਬਾਦ ਇੱਕ ਰਹਿੰਦਾ ਹਾਂਜੀ ਹਾਂਜੀ
मैं तो इतने लुधियाने सटा जी। ठीक है, तो आप फैमिली चो तुम कले ही गाँव बाकी सारे अपने काम कर? बिल्कुल जी साहब, मैं कला ही जी सवाल। इस पास कि गए हो नहीं कोई लाइन थोड़ी कबड्डी खेल लें, क्रिकेट खेल लें, फुटबॉल खेल लें, तुम यही चंगा लगा है ना? बिल्कुल जी बिल्कुल, मैं बचपन तो स्कूल टाइम तो मैं फिर शौक से तो एवं मेरा माँ प्यो ने बहुत साथ दिता। मेरे बाप ने है तो भावें ਉਹ ਨਿੰਗ ਸੀਗੇ ਕੱਟੜ, ਪਰ ਉਹਨਾਂ ਨੇ ਫਿਰ ਵੀ ਮੈਨੂੰ ਉਹਨਾਂ ਨੇ ਕਹਿਣਾ ਤੂੰ ਧਾਰਮਿਕ ਗੀਤ ਗਾਇਆ ਕਰ, ਕੋਈ ਗੱਲ ਨਹੀਂ। ਘਰ ਦੇ ਵਿੱਚ ਸਾਨੂੰ ਉਹ ਜਿਹੇ ਡਿਊਟੀ ਦਾ ਲਾਉਣ ਦਾ ਸਾਨੂੰ ਬਿਲਕੁਲ ਬਿਲਕੁਲ ਹੀ ਮਨਾਹੀ ਸੀ। ਠੀਕ ਹੈ ਠੀਕ ਹੈ, ਜੇ ਗੀਤ ਸੁਣਨੇ ਧਾਰਮਿਕ ਸੁਣਨੇ ਅਤੇ ਉਹ ਜਿਵੇਂ ਮਰਜ਼ੀ ਗਾਓ, ਜਿੱਥੇ ਮਰਜ਼ੀ ਗਾਓ। ਅਤੇ ਭਾਈ ਆਪਣੇ ਕੋਲ ਟਾਈਮ ਰਹਿ ਗਿਆ ਬਹੁਤ ਥੋੜ੍ਹਾ, ਜਾਂਦੇ ਜਾਂਦੇ ਭਰੂਣ ਹੱਤਿਆ ਵਾਲਾ ਗਾਣਾ ਸਾਨੂੰ ਥੋੜ੍ਹਾ ਪਤਾ ਸੁਣਾ ਦਿਓ ਜ਼ਰੂਰ ਜੀ। ਠੀਕ ਹੈ ਜੀ। ਮਾਏ ਨੀ ਮਾਏ ਮੈਨੂੰ ਹੋ ਕਹਿੰਦਾ ਮੇਰਾ ਮਾਹੀ, ਜੇ ਤੂੰ ਜੰਮੀ ਹੋਰ ਧੀ ਤੈਨੂੰ ਦੇ ਦੂੰਗਾ ਤਲਾਕ। ਓਏ ਹੋਏ, ਹੋ ਮੇਰੀ ਧੀ ਦੇ ਵਿੱਚ ਜਾਨ, ਮੇਰੀ ਧੀ ਦੇ ਵਿੱਚ ਜਾਨ, ਉਹਨੂੰ ਪੁੱਤ ਦੀ ਏ ਚਾਕ। ਮਾਏ ਨੀ ਮਾਏ ਮੈਨੂੰ ਕਹਿੰਦਾ ਮੇਰਾ ਮਾਹੀ, ਜੇ ਤੂੰ ਜੰਮੀ ਹੋਰ ਧੀ ਤੈਨੂੰ ਦੇ ਦੂੰਗਾ ਤਲਾਕ। ਹਏ ਮਾਏ ਨੀ ਮਾਏ, ਹੋ ਨਾ ਮੈਂ ਬੋਲਾਂ ਉਹਦੇ ਮੂਹਰੇ, ਨਾ ਮੈਂ ਚੁੰਨੀ ਸਿਰੋਂ ਲਾਉਂਦੀ, ਬਸ ਰਹਾਂ ਹਰ ਵੇਲੇ ਹੈਰਾਂ ਉਹਦੀਆਂ ਮਨਾਉਂਦੀ, ਬਸ ਰਹਾਂ ਹਰ ਵੇਲੇ ਹੈਰਾਂ ਉਹਦੀਆਂ ਮਨਾਉਂਦੀ। ਉਹ ਆਖੇ ਫੇਰ ਵੀ ਉਹ ਮੇਰੇ ਮੂਹਰੇ ਤੇਰੀ ਕੀ ਔਕਾਤ। ਮਾਏ ਨੀ ਮਾਏ ਮੈਨੂੰ ਕਹਿੰਦਾ ਮੇਰਾ ਮਾਹੀ, ਜੇ ਤੂੰ ਜੰਮੀ ਹੋਰ ਧੀ ਤੈਨੂੰ ਦੇ ਦੂੰਗਾ ਤਲਾਕ। ਹਏ ਮਾਏ ਨੀ ਮਾਏ। ਭਾਜੀ ਬਹੁਤ ਵਧੀਆ ਬਹੁਤ ਵਧੀਆ ਭਾਜੀ, ਗੱਲਾਂ ਬਿਲਕੁਲ ਇਹ ਵੀ ਸਹੀ ਸੀਗੀਆਂ। ਕਹਿੰਦੇ ਜਿਹੜਾ ਵੀ ਆਪਣੇ ਘਰ ਜੀ ਜਾਂ ਤਾਂ ਆਉਂਦਾ, ਬੱਚਾ ਆਉਂਦਾ ਚਾਹੇ ਮੁੰਡਾ ਚਾਹੇ ਕੁੜੀ, ਇਹਦਾ ਵਾਹਿਗੁਰੂ ਦੀ ਦਾਤ ਹੈ ਨਾ। ਇਹ ਸਾਡੀ ਜਿਹੜੀ ਆਮ ਘਰਾਂ ਦੀ ਕਹਾਣੀ ਹੈ, ਜਿਨ੍ਹਾਂ ਦੇ ਦੋ ਤਿੰਨ ਚਾਰ ਬੇਟੀਆਂ ਹੋ ਜਾਂਦੀਆਂ, ਉਹਨਾਂ ਦੇ ਹਾਲਾਤ, ਉਹਨਾਂ ਦੇ ਘਰਾਂ 'ਚ ਜਾ ਕੇ ਦੇਖੋ ਵੀ ਕੀ ਹਾਲਾਤ ਆ ਉਹਨਾਂ ਦੇ। ਸਹੀ ਗੱਲ ਆ। ਇਸ ਕਰਕੇ ਮੈਂ ਉਹੋ ਜਿਹੇ ਗੀਤ ਕਹਾਉਣਾ ਜਿਹੜੀ ਸਾਡੇ ਪੜੋਸੀਆਂ ਦੀ ਗੱਲ ਹੋ ਰਹੀ ਹੈ ਜਾਂ ਸਾਡੇ ਘਰ 'ਚ ਗੱਲ ਹੋ ਰਹੀ ਹੈ, ਮੈਂ ਉਸ ਤਰ੍ਹਾਂ ਦੀ ਲੈ ਕੇ ਉਹਨਾਂ ਤੋਂ ਗੀਤ ਮੈਂ ਰਿਕਾਰਡ ਕਰਾਉਣ ਦੀ ਕੋਸ਼ਿਸ਼ ਕਰਦਾ। ਅਤੇ ਭਾਈ ਆਪਣੇ ਕੋਲ ਟਾਈਮ ਬਹੁਤ ਥੋੜ੍ਹਾ ਸੀਗਾ, ਟਾਈਮ ਆਪਣਾ ਹੋ ਗਿਆ ਪੂਰਾ, ਅਤੇ ਅੱਗੇ ਤੋਂ ਤੁਸੀਂ ਹਜੇ ਤੁਸੀਂ ਇੰਗਲੈਂਡ ਵਿੱਚ ਹੀ ਆ? ਹਾਂਜੀ ਕੋਈ ਨਹੀਂ, ਜੇ ਆਪਾਂ ਕੋਲ ਟਾਈਮ ਹੋਇਆ ਤਾਂ ਤੁਹਾਨੂੰ ਜ਼ਰੂਰ ਆਪਣੇ ਸ਼ੋਅ ਵਿੱਚ ਲੈ ਕੇ ਆਵਾਂਗੇ, ਕਿਉਂਕਿ ਟਾਈਮ ਆਪਾਂ ਨੂੰ ਹੁਣ ਇਜਾਜ਼ਤ ਨਹੀਂ ਦੇ ਰਿਹਾ। ਸਿਰ ਪਾਪਾ ਨੂੰ ਤੁਸੀਂ ਨਾ 20 ਸਕਿੰਟਾਂ ਦੇ ਲਈ, 20 ਮਿੰਟ ਕਹਿਣ ਲੱਗਾ ਸੀਗਾ, 20-25 ਸਕਿੰਟਾਂ ਲਈ ਤੂੰ ਵੀ ਇੱਕ ਵਾਰੀ ਖੁੱਲ੍ਹ ਕੇ ਵਜਾ ਕੇ ਮਾੜੇ ਦਿਖਾ ਦਿਓ ਗਾਣਾ। ਚਲੋ ਕੋਈ ਨਹੀਂ, ਜੇ ਨਾ ਵੀ ਕੋਈ ਹੋਇਆ ਤਾਂ ਕੋਈ ਨਹੀਂ, ਤੂੰ ਵੀ ਇੱਦਾਂ ਜਿੱਦਾਂ ਹੋ ਜਾ ਮਾਣ ਖੁਣੀ ਵਜਾਉਂਦੇ ਹੁੰਦੇ ਸੀਗੇ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਅੱਜ ਦਾ ਇਸ ਪ੍ਰੋਗਰਾਮ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਅਤੇ ਲਓ ਜੀ, ਸਮਾਂ ਸਾਨੂੰ ਹੁਣ ਇਜਾਜ਼ਤ ਨਹੀਂ ਦੇ ਰਿਹਾ, ਪਰ ਦਲੇਰ ਪੰਜਾਬੀ ਉਹਨਾਂ ਨਾਲ ਅਸੀਂ ਹਜੇ ਗੱਲਾਂ ਬਾਤਾਂ ਬਹੁਤ ਕਰਨੀਆਂ ਸੀ, ਇਹਨਾਂ ਕੋਲ ਗਾਣੇ ਬਹੁਤ ਸੁਣਨੇ ਸੀ, ਕਿਉਂਕਿ ਇਹਨਾਂ ਕੋਲ ਬਹੁਤ ਹੀ ਕੀਮਤੀ ਖਜ਼ਾਨਾ ਹੈਗਾ ਪੰਜਾਬ ਦੇ ਕਿਸਾਨ ਬਾਰੇ ਵੀ ਅਤੇ ਪੰਜਾਬ ਦੀਆਂ ਧੀਆਂ ਬਾਰੇ ਵੀ। ਚਲੋ ਕੋਈ ਨਹੀਂ, ਅੱਗੇ ਤੋਂ ਟਾਈਮ ਮਿਲਿਆ ਅਤੇ ਜ਼ਰੂਰ ਆਪਣੇ ਸ਼ੋਅ ਵਿੱਚ ਲੈ ਕੇ ਆਵਾਂਗੇ। ਜੇਕਰ ਸਾਡੇ ਕੋਲੋਂ ਪ੍ਰੋਗਰਾਮ ਕਰਦਿਆਂ ਕੋਲੋਂ ਕੋਈ ਵੀ ਗਲਤੀ ਹੋ ਗਈ ਹੋਵੇ, ਕਿਸੇ ਦੀ ਵੀ ਛਾਂ ਦੇ ਖਿਲਾਫ ਅੱਖਰ ਵੱਧ ਘੱਟ ਬੋਲ ਹੋ ਗਿਆ ਹੋਵੇ, ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਅਤੇ ਹੁਣ ਅਸੀਂ ਤੁਹਾਨੂੰ ਮਿਲਾਂਗੇ ਨੈਕਸਟ ਵੀਕ ਜਾਂ ਕਿ ਅਗਲੇ ਹਫ਼ਤੇ ਆਪਣੇ ਪ੍ਰੋਗਰਾਮ ਜਾਦਾਂ ਦੇਸ਼ ਪੰਜਾਬ ਦੀਆਂ ਵਿੱਚ, ਨਵੇਂ ਮਹਿਮਾਨ ਦੇ ਨਾਲ ਨਵੀਆਂ ਗੱਲਾਂ, ਹੱਡ ਬੀਤੀਆਂ ਜਗ ਬੀਤੀਆਂ ਲੈ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।